बोले सो निहाल اعوذ بالله من الشيطان الرجيم بسم الله الرحمن الرحيم اللهم صل على سيدنا محمد بعدد كل داء ودواء وبارك وسلم عليه میں خاص طور پہ محترم جناب ابو بکر صاحب دا صاحب بھائی جان دا زہیب بھائی جان دا انتہائی شکر گزار ہوں میں کئیاں وریاں تو انہاں دے نال جڑیا ہویا ہاں پنجاب دے جڑے پچھلے 75 سال گزرے نے 75 سال اسی 75 سکنٹاں وچ مکا دتے واہ جی واہ 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 کیا بات ہے کیا بات انگریز سرکار نے گرو گوبند سرکار صاحب دے جڑی تعلیمات سن اس تو بعد اندازہ لا رہا سی کہ جے تے پنجاب کٹھا رہا تے دنیا بھر دے انگریزاں دے منہ دے اوپر بہت چپیڑا بجنی کیونکہ پنجابی دے ہاتھ دی جڑی چنڈ ہے نا جی بڑی پاری ہے پنجابی دا ہاتھ جڑا ہوندا نا جی اے روغنی نان جڑا ہوندا اے انگریز سرکار نوں لگ گیا سی پتہ بہرحال وہ ٹائم ہو گیا 75 سال لنگ گئے ساڈے دلاں دے وچوں جڑا ساڈے دل چ پیار ہے ایک دوجے واسطے اودے تے لکیر نہیں بچ سکدی اے پوری اسی ਧਰਤੀ ਦੇ ਉੱਤੇ ਫਿਰ ਕੇ ਦੇਖ ਲਿਆ ਕਿ ਪੰਜਾਬੀ ਇੱਕ ਦੂਜੇ ਤੋਂ ਵੱਖ ਰਹਿ ਨਹੀਂ ਸਕਦਾ ਕਿਉਂਕਿ ਮੇਰੇ ਨਾਨੇ ਦਾਦਕੇ ਉਧਰ ਨੇ ਤੇ ਉਹਨਾਂ ਦੇ ਨਾਨਕੇ ਦਾਦਕੇ ਇਧਰ ਨੇ ਸੋ ਰੱਬ ਨੇ ਸਾਨੂੰ ਮਲਾਇਆ ਵੀ ਕਿਸੀ ਸੋਹਣੀ ਧਰਤੀ ਤੇ ਰੱਬ ਦਾ ਜਿੰਨਾ ਸ਼ੁਕਰ ਅਦਾ ਕਰੀਏ ਘੱਟ ਹੈ ਮੈਂ ਖਾਸ ਤੌਰ ਤੇ ਸਾਰੇ ਮਹਿਮਾਨਾਂ ਦਾ ਤੇ ਸ਼ੁਕਰ ਅਦਾ ਕਰਦਾ ਹੀ ਕਰਦਾ ਬਹੁਤ ਸ਼ੁਕਰੀਆ ਤੁਸੀਂ ਤਸ਼ਰੀਫ ਲਿਆਏ ਤਾਲੀਵਾਲ ਸਾਹਿਬ ਜਿਹੜੇ ਨੇ ਇਹ ਸਮਝੋ ਮੇਰੇ ਰੂਹਾਨੀ ਉਸਤਾਦ ਵੀ ਨੇ ਤਾਲੀਵਾਲ ਸਾਹਿਬ ਇਸ ਪੂਰੇ ਪੰਜਾਬ ਦੀ ਧਰਤੀ ਦੇ ਉੱਤੇ 3 ਸਿਮਾਂ ਵਾਲਾ ਮੋਬਾਈਲ ਇਹ ਸਾਡੀ ਪੰਜਾਬੀ ਫਿਲਮ ਦੇ ਹੀਰੋ ਵੀ ਨੇ ਇਹ ਵਿਲਨ ਵੀ ਨੇ ਇਹ ਕਾਮੇਡੀਅਨ ਵੀ ਨੇ ਔਰ ਇਹਦੇ ਤੋਂ ਵੱਧ ਇਹ ਸਾਡੇ ਮਾਈ ਬਾਪ ਵੀ ਨੇ ਮੈਂ ਸਾਰਿਆਂ ਦਾ ਸ਼ੁਕਰ ਗੁਜ਼ਾਰ ਹਾਂ ਲੇਕਿਨ ਭਾਜੀ ਦਾ ਖਾਸ ਮੈਂ ਹਰ ਉਸ ਬੰਦੇ ਦਾ ਸ਼ੁਕਰ ਗੁਜ਼ਾਰ ਹਾਂ ਜਿਹੜਾ ਜੁੜਿਆ ਰਿਹਾ ਅਸੀਂ ਕਾਫੀ ਦਿਨਾਂ ਤੋਂ ਇੱਕ ਦੂਜੇ ਨਾਲ ਜੁੜੇ ਰਹੇ ਹਾਂ ਮੈਂ ਭਾਜੀ ਇੱਕ ਮਿੰਟ ਖੜੇ ਹੋਣਾ ਜ਼ਰਾ ਇਹ ਇਹ ਦੇਖ ਰਹੇ ਹੋ ਭਾਜੀ ਇਹ ਮੈਗਨੇਟ ਮੈਗਨੇਟ ਹੈਗੇ ਨੇ ਪਾਕਿਸਤਾਨ ਦਾ ਕੋਈ ਫਨਕਾਰ ਐਸਾ ਨਹੀਂ ਜਿਹਨਾਂ ਦੇ ਨਾਲ ਜੁੜੇ ਨਾ ਹੋਣ ਪੰਜਾਬ ਉਸ ਪੰਜਾਬ ਦਾ ਕੋਈ ਫਨਕਾਰ ਗੁਲੂਕਾਰ ਮੌਸੀਕਾਰ ਐਸਾ ਨਹੀਂ ਜਿਹਨਾਂ ਦੇ ਨਾਲ ਜੁੜੇ ਨਾ ਹੋਣ ਇਹ ਮੈਗਨੇਟ ਹੈਗੇ ਨੇ ਇਹ ਸੈਂਟਰ ਹੈਗੇ ਨੇ ਸੋ ਮੈਂ ਅੱਲੇ ਅੱਲਾ ਦਾ ਸ਼ੁਕਰ ਗੁਜ਼ਾਰ ਹਾਂ ਗੁਰੂ ਦਾ ਸ਼ੁਕਰ ਗੁਜ਼ਾਰ ਹਾਂ ਮੈਂ ਭਾਜੀ ਦਾ ਬਹੁਤ ਸ਼ੁਕਰ ਗੁਜ਼ਾਰ ਹਾਂ ਕਿ ਨਸਾਣਾ ਰੱਬ ਤੁਹਾਡੀ ਅਰਦਾਸ ਕਰੇ ਰੱਬ ਤੁਹਾਨੂੰ ਸੁੱਖ 'ਚ ਰੱਖੇ ਰੱਬ ਤੁਹਾਨੂੰ ਚੜ੍ਹਦੀਆਂ ਕਲਾਂ 'ਚ ਰੱਖੇ ਜਿੱਥੇ ਹੋਵੋ ਖੈਰ ਨਾਲ ਹੋਵੋ ਮੈਂ ਭਾਜੀ ਨੂੰ ਕਹਾਂਗਾ ਕਿ ਦੋ ਅਲਫਾਜ਼ ਜ਼ਰੂਰ ਕਹਿਣ ਸਾਰਿਆਂ ਵਾਸਤੇ ਸਾਡੇ ਕਿਉਂਕਿ ਅਸੀਂ ਸਾਰੇ ਪਿਛਲੇ 5-6 ਦਿਨ ਤੋਂ ਸੁੱਤੇ ਨਹੀਂ ਨੀਂਦਰ ਆਈ ਨਹੀਂ ਰੱਬ ਜਾਣਦਾ ਕਿਸੇ ਨੂੰ ਨੀਂਦਰ ਨਹੀਂ ਜੇ ਆਈ ਇੱਕ ਇੱਕ ਲਮਹਾ ਗਿਣਿਆ ਕਿ ਕਦੋਂ ਸਾਡੇ ਸੀਨੇ ਦੇ ਨਾਲ ਸੀਨੇ ਜੁੜਨਗੇ ਤੇ ਰੱਬ ਨੇ ਜੋੜ ਦਿੱਤੇ ਔਰ ਵਧੀਆ ਜਗ੍ਹਾ ਤੇ ਜੋੜੇ ਭਾਜੀ ਬਸ ਮੈਂ ਇਹ ਕਹਾਂਗਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਨਹੀਂ 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 ਬੋਲੇ ਸੋ ਨਿਹਾਲ ਮੇਰੇ ਅੱਥਰੂ ਸਾਡੇ ਦਿਲ 'ਚ ਲੱਗਦੇ ਮੇਰੇ ਕੋਲ ਅਲਫਾਜ਼ ਨਹੀਂ ਹੈ ਬਟ ਜਿਹਨਾਂ ਜਿਹਨਾਂ ਦੋਸਤਾਂ ਨੂੰ ਇੱਕ ਵਾਰੀ ਮੈਂ ਰਿਕੁਐਸਟ ਕੀਤੀ ਕਿ ਅਸੀਂ ਮਿਲਣਾ ਇਸ ਤਰੀਕ ਡੇਟ ਨੂੰ ਜਾਣਾ ਇਕੱਠੇ ਹੋਣਾ ਉੱਧਰੋਂ ਅਸਲਮ ਭਾਈ ਦੀ ਡਿਊਟੀ ਲਾਈ ਕਮਲ ਜੀ ਦੀ ਇੱਧਰੋਂ ਇੱਥੇ ਠਾਕਰ ਸਾਹਿਬ ਦੀ ਪਹਿਲਾਂ ਫੋਨ ਮੇਰੇ ਵੱਡੇ ਭਾਈ ਸ਼ਮੀ ਭਾਈ ਨੂੰ ਕਿਹਾ ਕਹਿੰਦੇ ਤੂੰ ਤਿਆਰੀ ਕਰ ਅਸੀਂ ਤੇਰੇ ਨਾਲ ਦੂਜਾ ਫੋਨ ਭਾਈ ਨੂੰ ਕੀਤਾ ਮੈਂ ਵਿਨੇ ਜ਼ਰੂਰ ਚੱਲਾਂਗਾ ਪਰ ਆਉਣ ਤੋਂ 2 ਦਿਨ ਪਹਿਲੇ ਮੈਨੂੰ ਪਤਾ ਜਿੰਨੀਆਂ ਝਿੜਕਾਂ ਮੈਨੂੰ ਪਈਆਂ ਕਿਸੇ ਨੂੰ ਨਹੀਂ ਪਈਆਂ ਹੋਣੀਆਂ ਭਾਬੀ ਦਾ ਵੀਜ਼ਾ ਨਹੀਂ ਲੱਗਿਆ ਸਾਰੇ ਫੈਮਿਲੀ ਮੈਂਬਰ ਘਰ ਦੇ ਆ ਕੇ ਭਾਬੀ ਜੀ ਨਹੀਂ ਆ ਸਕਦੇ ਮੇਰੇ ਦਿਲ 'ਚ ਕਿੰਨੀ ਗਿਲਟ ਸੀ ਮੈਨੂੰ ਪਤਾ ਬਟ ਭਾਈ ਆਈ ਪ੍ਰੋਮਿਸ ਨੈਕਸਟ ਟਾਈਮ ਜਲਦੀ ਅਸੀਂ ਭਾਬੀ ਨੂੰ ਵੀ ਲੈ ਕੇ ਆਵਾਂਗੇ ਬਟ ਇਹ ਜਿਹੜਾ ਭਾਈ ਨੇ ਕਿ ਦਿਲਾਂ 'ਚ ਦੂਰੀਆਂ ਨਹੀਂ ਹੋ ਸਕਦੀਆਂ ਲਕੀਰਾਂ ਜਿੰਨੀਆਂ ਮਰਜ਼ੀ ਹੋ ਜਾਣ ਬਟ ਜਿਸ ਤਰੀਕੇ ਦੇ ਨਾਲ ਅਸੀਂ ਇਹ ਕਾਬਿਸ਼ ਕੀਤੀ ਹੈ ਇਹ ਕੋਸ਼ਿਸ਼ ਕੀਤੀ ਹੈ ਨਾ ਇਹ ਜਿਹੜੀਆਂ ਜ਼ਮੀਨ ਦੀਆਂ ਲਕੀਰਾਂ ਨੇ ਉਹ ਵੀ ਅਸੀਂ ਕੈਦ ਕਰ ਦਿਆਂਗੇ ਕਹਿੰਦੇ ਨਾ ਕਿ ਹਾਦਸਾ ਬਣ ਕਰ ਜੋ ਖਾਬ ਹੁੰਦਾ ਕਿਆ ਹੋ
खासा बनकर कोई खा बिखर जाए तो क्या हो, वक्त जज्बात को तब्दील नहीं कर सकता और दूर हो जाने से एहसास नहीं मर सकता। ये मोहब्बत है दिलों का रिश्ता, ये मोहब्बत है दिलों का रिश्ता जो जमीनों की तरह कभी सरहदों में तकसीम नहीं हो सकता। तू किसी और की रातों का हंसी चांद सही, मेरे दिल के हर कोने में तू है, मेरे दिल के हर कोने में। बहुत बहुत शुक्रिया सारे का। ये सिलसिला आगे भी इसी तरह जारी रहूगा। मैं शमी भैया को गुजारिश करूंगा कि जेडे असी कुछ ऑनर छोटे छोटे अंकी दे सकते हैं, बड़े लोग ने बड़ा दिल है, जिस गर्म जोशी किया ਭਾਜੀ ਨੂੰ ਜੱਫੀ ਪਾਉਣ ਦਾ ਕਿਹਾ ਵੀ ਫਾਇਦਾ ਵੀ ਥੋੜੀ ਦੇਰ ਬੰਦਾ ਰੈਸਟ ਵੀ ਕਰ ਲੈ। मैं संध्या मैम को गुजारिश करूंगा कि शमी जी के पट्टी साहब आयो नाल राउत लाला साहब साढ़े राउत लाला आ जाए। क्या बात है, अपने आओ जी सर, मदिया जी को बुला दो काइंडली। मदिया शाह जी बोलो आ जाओ यार प्लीज। नहीं शाह जी वो अंदर खड़ा ना रहे रो भाई। तालियां रो भाई इत्तेफाक ठाकुर भाई के लिए। ये दोनों हमारे हमने इनको ब्रांड एम्बेसडर सिलेक्ट किया है आर्ट लवर का। ये आर्ट लवर का पैगाम पूरी दुनिया में आगे लेके जाएंगे कि हमारा जो मकसद है प्यार का, मोहब्बत का, और हम मिलकर एक दूसरे के लिए काम करें, एक दूसरे के मुल्कों में जाकर काम करें आपके हवाले से। अब मैं गुजारिश करूंगा आप सबकी जोरदार तालियों के साथ हमारी बहुत ही स्वीट सी क्यूट सी मोहतरमा, हमारी बहुत प्यारी दोस्त मेरी मुराद है कमल खान जी से, जो सारा मैनेज कर रहे हैं। मैं गुजारिश करूंगा वो साथ में आए और हम पाकिस्तान की जो आर्ट लवर है उसका जो सेक्रेटरी है कमल खान जी को बोल रहे हैं। लास्ट बट नॉट द लीस्ट मैं बुलाना चाहूंगा असलम शेख भाई को के